ਪਿੰਡ ਬਲੱਗਣ ਵਿੱਚ ਹੋਣ ਜਾ ਰਹੇ ਧਾਰਮਿਕ ਸਮਾਗਮ ਵਿੱਚ ਪਹੁੰਚ ਰਹੇ ਪ੍ਰਚਾਰਕਾਂ ਦੇ ਵਿਰੋਧ ਵਿੱਚ ਇਲਾਕੇ ਦੇ ਸਿੱਖ ਜਥੇਬੰਦੀਆਂ ਵੱਲੋਂ ਜ਼ਿਲ੍ਹਾ ADC ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਣੀ ਕਮੇਟੀ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਗੀ ਢਾਡੀ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ਕੁਝ ਪ੍ਰਚਾਰਕ ਵੀ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ। ਇਸ ਸੰਬੰਧੀ ਜ਼ਿਲ੍ਹਾ ADC ਨੇ ਕਿਹਾ ਕਿ ਸਮਾਗਮ ਵਿੱਚ ਪ੍ਰਚਾਰਕਾਂ ਦੇ ਸੰਬੰਧੀ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਸ ਦੀ ਜਾਂਚ ਕੀਤੀ ਜਾਵੇਗੀ। ਸਮੁੱਚੀਆਂ ਸੰਗਤਾਂ ਨੇ ਦਾਸ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਲੱਗਣ ਵਿਖੇ ਜੋ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਢਪਾਲੀ, ਮਾਝੀ, ਧੁੰਦਾ ਅਤੇ ਅਮਰੀਕ ਸਿੰਘ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਜਾ ਰਿਹਾ ਹੈ ਜਿਹੜੇ ਸਿੱਖ ਸਿਧਾਂਤਾਂ ਦੇ ਉਲਟ ਪ੍ਰਚਾਰ ਕਰਦੇ ਨੇ। ਗੁਰੂ ਘਰ ਦੇ ਸਰੋਵਰਾਂ ਦੇ ਜੋ ਸਿੱਖ ਇਤਿਹਾਸ ਦੀਆਂ ਪੁਰਾਤਨ ਸਾਖੀਆਂ ਉਹਨਾਂ ਦੇ ਪ੍ਰਥਾਏ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਥਾਏ ਇਹਨਾਂ ਨੇ ਪ੍ਰਚਾਰ ਕੀਤਾ ਕਿ ਮੱਕਾ ਉਹਨਾਂ ਦੇ ਚਰਨਾਂ ਦੇ ਨਾਲ ਨਹੀਂ ਘੁੰਮਿਆ। ਜਿਵੇਂ ਅਮਰੀਕ ਸਿੰਘ ਨੇ ਕਿਹਾ ਕਿ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੱਥਰ ਦੇ ਵਿੱਚ ਪੰਜਾ ਲਾਇਆ ਵਾ ਅਤੇ ਉਹ ਸਾਖੀ ਝੂਠੀ ਆ। ਇਤਿਹਾਸਕ ਹੋਰ ਬੇਅੰਤ ਸਾਖੀਆਂ ਵਾ ਜਿਨ੍ਹਾਂ ਦੇ ਇਹ ਉਲਟ ਬੋਲਦੇ ਨੇ, ਜਿਨ੍ਹਾਂ ਨੂੰ ਬਿਲਕੁਲ ਹੀ ਇਹ ਮੂਲੋਂ ਹੀ ਰੱਦ ਕਰਦੇ ਨੇ। ਸੋ ਇਹਨਾਂ ਪ੍ਰਚਾਰਕਾਂ ਨੂੰ ਉਹ ਬਲੱਗਣ ਪਿੰਡ ਵਿੱਚ ਸੱਦਿਆ ਜਾ ਰਿਹਾ ਹੈ ਅਤੇ ਅੱਜ ਅਸੀਂ ਸਾਰੀਆਂ ਸੰਗਤਾਂ ਨੇ DC ਦਫ਼ਤਰ ਵਿਖੇ ਆਣ ਕੇ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦਾ ਜਿਹੜਾ ਕੂੜ ਪ੍ਰਚਾਰ ਆ ਉਸ ਨੂੰ ਰੋਕਿਆ ਜਾਵੇ ਤਾਂ ਕਿ ਸੰਗਤਾਂ ਦੇ ਵਿੱਚ ਅਮਨ, ਅਮਾਨ ਅਤੇ ਸ਼ਾਂਤੀ ਬਣੀ ਰਹੇ, ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ। ਸੋ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਸਾਡਾ ਜਿਹੜਾ ਇਹ ਮੰਗ ਪੱਤਰ ਆ ਇਸ ਨੂੰ ਪ੍ਰਵਾਨ ਕਰਕੇ ਇਹ ਜਿਹੜਾ ਕੂੜ ਦਾ ਪ੍ਰਚਾਰ ਕਰਨ ਆ ਰਹੇ ਨੇ ਕੁਝ ਪ੍ਰਚਾਰਕ ਇਹਨਾਂ ਨੂੰ ਰੋਕਿਆ ਜਾਵੇਗਾ। ਇਹ ਜਿਹੜੇ ਪ੍ਰਚਾਰਕ ਆ ਇੱਕ ਤਾਂ ਅਮਰੀਕ ਸਿੰਘ ਚੰਡੀਗੜ੍ਹ ਆ, ਇੱਕ ਢਾਲੀ ਆ, ਸਾਰੇ ਮਿਸ਼ਰਨੀ ਆ, ਮਿਸ਼ਰਨੀ ਸੰਸਥਾ ਦੇ ਨਾਲ ਇਹ ਜੁੜੇ ਹੋਏ ਨੇ ਅਤੇ ਮੂਲੋਂ ਹੀ ਜਿਹੜੇ ਸਿੱਖ ਇਤਿਹਾਸ ਨੂੰ ਇਹ ਰੱਦ ਕਰਦੇ ਨੇ। ਇਸ ਕਰਕੇ ਸਾਰੀਆਂ ਸੰਗਤਾਂ ਹੀ ਇਹ ਮੰਗ ਕਰਦੀਆਂ ਵਾ ਵੀ ਇਹੋ ਜਿਹੜੇ ਪ੍ਰਚਾਰਕ ਆ ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਰੋਕਿਆ ਜਾਵੇ, ਕਿਉਂਕਿ ਜੇ ਇਹਨਾਂ ਦੇ ਪ੍ਰੋਗਰਾਮ ਹੋਣਗੇ ਤਾਂ ਸੰਗਤਾਂ ਦੇ ਵਿੱਚ ਜਿਹੜਾ ਲੜਾਈ ਦਾ ਮਾਹੌਲ ਬਣੇਗਾ, ਜਿਹੜੀਆਂ ਆਮ ਸੰਗਤਾਂ ਮਨ ਵਿੱਚ ਦੁਬਿਧਾ ਪੈਂਦੀ ਆ, ਕਿਉਂਕਿ ਜਿਹੜੇ ਜਾਣਕਾਰ ਸਿੱਖ ਆ ਗੁਰਮਤਿ ਉਹਨਾਂ ਨੂੰ ਤਾਂ ਪਤਾ ਹੈ ਕਿ ਸਿੱਖ ਇਤਿਹਾਸ ਜਿਹੜੀ ਸਹੀ ਗੱਲ ਕਿਹੜੀ ਆ, ਪਰ ਜਿਹੜੀਆਂ ਆਮ ਸੰਗਤਾਂ ਪਿੰਡਾਂ ਦੇ ਭੋਲੇ ਭਾਲੇ ਜਿਹੜੇ ਸਿੱਖ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਦੁਬਿਧਾ ਦੇ ਵਿੱਚ ਪੈ ਜਾਂਦੇ ਕਿ ਸਹੀ ਗੱਲ ਕਿਹੜੀ ਆ ਅਤੇ ਗਲਤ ਕਿਹੜੀ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਇਹੋ ਜਿਹੜੇ ਪ੍ਰਚਾਰਕ ਆ ਇਹਨਾਂ ਦਾ ਪ੍ਰਚਾਰ ਬੰਦ ਕੀਤਾ ਜਾਵੇ ਤਾਂ ਕਿ ਭੋਲੀਆਂ ਭਾਲੀਆਂ ਜਿਹੜੀਆਂ ਸਿੱਖ ਸੰਗਤਾਂ ਵਾ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਦੁਬਿਧਾ ਨਾ ਪਵੇ, ਕਿਉਂਕਿ ਮਨ ਵਿੱਚ ਦੁਬਿਧਾ ਪੈ ਗਈ ਅਤੇ ਸਤਿਗੁਰੂ ਸਾਹਿਬਾਂ ਤੋਂ ਸ਼ਰਧਾ ਜਿਹੜੀ ਉੱਠ ਜਾਂਦੀ ਹੈ। ਹਾਂਜੀ, ਅਸੀਂ ਕੁਝ ਸੰਸਥਾ ਦੇ ਨਾਲ ਜਾ ਕੇ ਵਿਚਾਰ ਕੀਤੀ ਅਤੇ ਉਹਨਾਂ ਨੇ ਸਾਨੂੰ ਇਹੋ ਹੀ ਸੁਝਾਅ ਦਿੱਤਾ ਕਿ ਪਹਿਲਾਂ ਤੁਸੀਂ DC ਦਫ਼ਤਰ ਜਾਓ, ਕਿਉਂਕਿ ਪਹਿਲਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਫਿਰ ਹੀ ਜਿਹੜੀ ਨਗਰ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਨਾਲ ਬਹਿ ਕੇ ਵਿਚਾਰ ਕੀਤੀ ਜਾ ਸਕਦੀ। ਅਤੇ ਅਜਨਾਲੇ ਵਿੱਚ ਇੱਕ ਪਿੰਡ ਹੈ ਬਲਗੜ੍ਹ ਜਿੱਥੇ ਕਿ ਇੱਕ ਕੀਰਤਨ ਸਮਾਗਮ ਹੋ ਰਿਹਾ, ਉਸ ਸੰਬੰਧੀ ਕੁਛ ਵਿਅਕਤੀਆਂ ਨੇ ਜੋ ਨੇੜੇ ਤੇੜੇ ਦੇ ਪਿੰਡਾਂ ਨੇ ਉਹਨਾਂ ਨੇ ਮੰਗ ਪੱਤਰ ਸਾਨੂੰ ਦਿੱਤਾ ਕਿ ਇਹ ਜਿਹੜੇ ਉੱਥੇ ਸਮਾਗਮ ਕਰਨ ਵਾਲੇ ਜਾਂ ਕੀਰਤਨ ਕਰਨ ਵਾਲੇ ਕੁਛ ਜਿਹੜੇ ਹੈਗੇ ਆ ਪ੍ਰਚਾਰਕ ਉਹਨਾਂ ਦੇ ਕੁਛ ਵਿਊ ਜਿਹੜੇ ਆ ਉਹ ਸਾਡੇ ਸਿਧਾਂਤਾਂ ਤੋਂ ਜਾਂ ਸਿੱਖੀ ਤੋਂ ਜਾਂ ਹੋਰ ਕਿਸੇ ਰਿਲੀਜਨ ਤੋਂ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਨੇ ਜੋ ਇਹਨਾਂ ਦੇ ਕਹਿਣ ਮੁਤਾਬਕ। ਸੋ ਕੋਈ ਅਸੀਂ ਉਸ ਚੀਜ਼ ਨੂੰ ਵਿਚਾਰਾਂਗੇ, ਜੇ ਲੋੜ ਪਈ ਤਾਂ ਇਸ ਬਾਰੇ ਕੋਈ ਹੋਰ ਇਨਕੁਆਇਰੀ ਦੀ ਲੋੜ ਹੈ ਜਾਂ ਕਿਸ ਚੀਜ਼ ਦੀ ਲੋੜ ਹੈ ਰੈਲੇਵੈਂਟ ਅਥਾਰਟੀਜ਼ ਨੂੰ ਮੰਗ ਪੱਤਰ।